ਸਾਡਾ ਕੰਮ ਵੀਜ਼ੇ ਲਵਾਉਣਾ ਵਾ, ਵੀਜ਼ੇ ਲੱਗਦੇ ਵੀ ਨੇ, ਵੀਜ਼ੇ ਰਿਫਿਊਜ਼ ਵੀ ਹੁੰਦੇ ਨੇ। ਜਦੋਂ ਵੀਜ਼ੇ ਲੱਗਦੇ ਨੇ ਖੁਸ਼ੀਆਂ ਆਉਂਦੀਆਂ, ਜਦੋਂ ਰਿਫਿਊਜ਼ ਹੁੰਦੇ ਨੇ ਮਾਯੂਸੀ ਆਉਂਦੀ ਹੈ। ਵੀਜ਼ਾ ਨਾ ਮਨਜ਼ੂਰ ਹੋਣ 'ਤੇ ਸ਼ੋਕ ਮਨਾਇਆ ਜਾਂਦਾ ਹੈ, ਵੀਜ਼ਾ ਲੱਗਣ 'ਤੇ ਜਿੱਤ ਮਨਾਈ ਜਾਂਦੀ ਹੈ। ਜਦੋਂ ਤੁਸੀਂ ਜਿੱਤ ਜਾਂਦੇ ਹੋ ਉਹਦਾ ਕ੍ਰੈਡਿਟ ਇੱਕ ਏਜੰਟ ਨੂੰ ਦਿੱਤਾ ਜਾਂਦਾ, ਜਦੋਂ ਹਾਰ ਜਾਂਦੇ ਹੋ ਉਹਦਾ ਵੀ ਕ੍ਰੈਡਿਟ ਏਜੰਟ ਨੂੰ ਹੀ ਜਾਂਦਾ। ਅੱਜ ਵੀਜ਼ੇ ਰਿਫਿਊਜ਼ ਬਹੁਤ ਹੋ ਰਹੇ, ਜ਼ਿੰਮੇਵਾਰੀ ਕੋਈ ਨਹੀਂ ਲੈ ਰਿਹਾ। ਪਿਛਲੇ ਚੰਦ ਦਿਨਾਂ ਦਾ ਰਿਕਾਰਡ ਚੈੱਕ ਕਰਾਇਆ, ਜਿੰਨੇ ਕੁ ਲੋਕ ਸਾਡੇ ਕੋਲ ਵਿਜ਼ਿਟ ਕੀਤੇ, 95 ਬੱਚੇ ਇੱਕੋ ਏਜੰਸੀ ਤੋਂ ਰਿਫਿਊਜ਼ ਨੇ, 48 ਬੱਚੇ ਦੂਸਰੀ ਏਜੰਸੀ ਤੋਂ ਰਿਫਿਊਜ਼ ਨੇ, 44 ਬੱਚੇ ਤੀਸਰੀ ਏਜੰਸੀ ਤੋਂ ਰਿਫਿਊਜ਼ ਨੇ। ਇਹ 3 ਏਜੰਸੀਆਂ ਪੰਜਾਬ ਦੀਆਂ ਸਭ ਤੋਂ ਵੱਡੀਆਂ ਏਜੰਸੀਆਂ ਜਿਹੜੀਆਂ ਕੈਨੇਡਾ ਦੇ ਸਟੱਡੀ ਵੀਜ਼ੇ ਅਪਲਾਈ ਕਰਦੀਆਂ, ਇਹ ਬੱਚਿਆਂ ਦੇ ਗਲਤ ਕੋਰਸ ਲੈ ਕੇ ਵੀਜ਼ੇ ਅਪਲਾਈ ਕਰਾਉਂਦੇ ਹੋਏ। ਅੱਜ ਮੌਂਟਰੀਅਲ ਦੇ ਚੱਕਰ ਦੇ ਵਿੱਚ ਬੱਚਾ ਫਸਦਾ ਪਿਆ ਵਾ। ਕੋਈ ਵੀ ਬੱਚਾ ਜਿਹਨੇ ਬੈਚਲਰ ਡਿਗਰੀ ਕੀਤੀ ਹੈ ਉਹਨੂੰ PG ਕੋਰਸ ਲੈਣਾ ਪੈਣਾ ਜੇ ਵੀਜ਼ਾ ਲੈਣਾ। ਬੱਚੇ ਨੇ ਬੈਚਲਰ ਡਿਗਰੀ ਕੀਤੀ ਉਹਨੂੰ ਡਿਪਲੋਮੇ 'ਚ ਦਾਖਲਾ ਦਵਾਇਆ ਜਾ ਰਿਹਾ ਔਰ ਵੀਜ਼ਾ ਰਿਫਿਊਜ਼ ਹੋਈ ਜਾ ਰਿਹਾ। 2-4-5 ਬੰਦਿਆਂ ਦਾ ਵੀਜ਼ਾ ਰਿਫਿਊਜ਼ ਨਹੀਂ ਹੋ ਰਿਹਾ, ਸੈਂਕੜੇ ਲੋਕਾਂ ਦਾ ਵੀਜ਼ਾ ਰਿਫਿਊਜ਼ ਹੋ ਰਿਹਾ। ਜਿਸ ਵੀ ਬੱਚੇ ਦਾ ਸਾਲ ਤੋਂ ਵੱਧ ਦਾ ਗੈਪ ਹੁੰਦਾ ਉਹਦੇ ਕੋਲੋਂ 45,000-50,000 ਰੁਪਈਆ ਲੈ ਕੇ ਗੈਪ ਪੂਰਾ ਕਰਾਇਆ ਜਾ ਰਿਹਾ, ਨਕਲੀ ਕਾਗਜ਼ਾਂ ਨਾਲ ਗੈਪ ਪੂਰਾ ਕਰਦੇ ਪਏ, ਉਹ ਵੀਜ਼ੇ ਨਹੀਂ ਲੱਗਦੇ ਪਏ। ਤੁਹਾਡਾ 10 ਸਾਲ ਤੱਕ ਦਾ ਵੀ ਗੈਪ, ਇਹਨੂੰ ਖਾਲੀ ਛੱਡੋ। ਦੱਸੋ ਮੈਸੀ ਨੂੰ ਤੁਸੀਂ ਕੀ ਕੀਤਾ, ਸੱਚ ਦੱਸੋ। ਫਰਜ਼ੀ ਸਰਟੀਫਿਕੇਟ ਬਣਾਓਗੇ, ਫਰਜ਼ੀ ਨੌਕਰੀਆਂ ਦੇ ਪ੍ਰੂਫ ਬਣਾਓਗੇ, ਵੀਜ਼ੇ ਨਹੀਂ ਲੱਗਣੇ। ਅੱਜ ਸਮੱਸਿਆ ਬਹੁਤ ਵੱਡੀ ਵੱਧ ਗਈ ਹੈ, ਇਹ ਸਭ ਤੋਂ ਵੱਡੀ ਸਮੱਸਿਆ ਬਣ ਚੁੱਕੀ ਅੱਜ ਉਹਨਾਂ ਬੱਚਿਆਂ ਵਾਸਤੇ ਜਿਹੜੇ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਨੇ। ਆਸਟ੍ਰੇਲੀਆ ਨੂੰ ਜੈਨੂਅਨ ਬੱਚਾ ਚਾਹੀਦਾ, ਕੈਨੇਡਾ ਨੂੰ ਜੈਨੂਅਨ ਬੱਚਾ ਚਾਹੀਦਾ। ਜੇਕਰ ਕਿਸੇ ਦਾ ਗੈਪ ਹੈ ਉਹ ਕਿੱਦਾਂ ਜਾਏਗਾ। ਇੰਗਲੈਂਡ ਦੀ ਸੱਟ ਹਜੇ ਤੱਕ ਲੋਕਾਂ ਨੂੰ ਭੁੱਲਦੀ ਨਹੀਂ ਪਈ, ਅਮਰੀਕਾ ਪਹਿਲਾਂ ਬੰਦ ਪਿਆ ਵਾ। ਸਟੂਡੈਂਟ ਮਾਯੂਸ ਆ, ਕਿੱਥੇ ਜਾਵਾਂ। ਜਿਨ੍ਹਾਂ ਦੇ 5 ਬੈਂਡ ਨਹੀਂ ਸੀ ਆਉਂਦੇ ਉਹਨਾਂ ਨੇ ਵੀ 6 ਲੈ ਲਏ, ਹੁਣ 6 ਬੈਂਡ ਨਾਲ ਵੀ ਰਿਫਿਊਜ਼ਲ ਚਾਲੂ ਹੋ ਗਈ। ਅੱਜ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਣਾ ਬੜੀ ਸੁਭਾਵਿਕ ਜਿਹੀ ਗੱਲ ਹੈਗੀ ਹੈ। ਇਹ ਤੁਹਾਡੇ ਇਕੱਲਿਆਂ ਨਾਲ ਨਹੀਂ ਹੁੰਦਾ, ਪਰ ਸਾਰਿਆਂ ਨਾਲ ਹੀ ਹੁੰਦਾ। 2-4 ਵਾਰੀ ਰਿਫਿਊਜ਼ ਹੋਣਾ ਇੱਕ ਫੈਸ਼ਨ ਜਿਹਾ ਬਣ ਚੁੱਕਾ ਵਾ। ਅਸੀਂ ਇਹ ਵਪਾਰ ਕਰਦੇ ਹਾਂ, ਸਾਡਾ ਵਪਾਰ ਕਿਸੇ ਦੀ ਜ਼ਿੰਦਗੀ ਨਾਲ ਜੁੜਿਆ, ਅਸੀਂ ਉਹਨੂੰ ਵਪਾਰਿਕ ਤੌਰ 'ਤੇ ਨਾਂ ਲੈਂਦੇ ਹੋਏ ਹਾਂ, ਇੱਕ ਚੈਲੰਜ ਲੈਂਦੇ ਹਾਂ। ਸਾਡੇ ਲਈ ਇੱਕ ਕੇਸ ਇੱਕ ਜ਼ਿੰਦਗੀ ਹੈ। ਹੋ ਸਕਦਾ ਤੁਹਾਡਾ ਵੀਜ਼ਾ 2-4 ਵਾਰੀ ਰਿਫਿਊਜ਼ ਹੋ ਗਿਆ ਹੋਵੇ, ਬਟ ਤੁਸੀਂ ਫਿਰ ਵੀ ਅਪਲਾਈ ਕਰ ਸਕਦੇ ਹੋ। ਕੈਨੇਡੀਅਨ ਕਾਨੂੰਨ ਪੜ੍ਹਨ ਦੀ ਲੋੜ ਹੈ। ਕੈਨੇਡੀਅਨ ਕਾਨੂੰਨ ਕੀ ਕਹਿੰਦਾ ਕਿ ਜੇਕਰ ਤੁਹਾਡਾ ਪਹਿਲਾਂ ਰਿਫਿਊਜ਼ ਹੈ ਤੁਸੀਂ ਦੁਬਾਰਾ ਅਪਲਾਈ ਕਰੋਗੇ, ਤੁਹਾਡਾ ਇਸ ਕਰਕੇ ਰਿਫਿਊਜ਼ ਨਹੀਂ ਹੋਏਗਾ ਕਿ ਪਹਿਲਾਂ ਰਿਫਿਊਜ਼ ਹੋ। ਅੱਜ ਇਹ ਸਮੱਸਿਆ ਬਹੁਤ ਵੱਧ ਚੁੱਕੀ ਹੈ। ਲੋਕ ਪ੍ਰਾਈਵੇਟ ਕਾਲਜਾਂ ਦੇ ਵਿੱਚ ਫੀਸਾਂ ਭਰਾਈ ਜਾ ਰਹੇ ਆ, ਕਿਸੇ ਦਾ 2 ਲੱਖ ਕੱਟ ਕੇ ਆ ਰਿਹਾ, ਕਿਸੇ ਦਾ 2.5 ਲੱਖ ਕੱਟ ਕੇ ਆ ਰਿਹਾ, ਲੱਖਾਂ ਰੁਪਈਆ ਪੈਸਾ, ਕਈ ਚੀਜ਼ਾਂ ਦਾ ਨੁਕਸਾਨ ਹੋ ਰਿਹਾ। ਜੇ ਸਾਡੇ ਕੋਲ ਅਪਲਾਈ ਕਰਦੇ ਅਸੀਂ ਕੋਈ ਪੈਸਾ ਨਹੀਂ ਲੈਂਦੇ। ਸਮੱਸਿਆ ਬਹੁਤ ਵੱਡੀ ਹੈ। ਮੈਂ ਕੋਈ ਆਪਣੀ ਦੁਕਾਨਦਾਰੀ ਵਾਸਤੇ ਨਹੀਂ ਤੁਹਾਨੂੰ ਕਹੂੰਗਾ ਤੁਸੀਂ ਸਾਰੇ ਮੇਰੇ ਕੋਲ ਹੀ ਆਓ, ਇੱਕ ਚੰਗਾ ਕੋਰਸ ਲਓ ਜਿਹੜਾ ਤੁਹਾਡੀ ਪੜ੍ਹਾਈ ਨਾਲ ਮੇਲ ਖਾਂਦਾ। ਜੇ ਹਿਸਾਬ 'ਚ ਨੰਬਰ ਘੱਟ ਹੈ ਤਾਂ ਕੰਪਿਊਟਰ ਦਾ ਕੋਰਸ ਨਾ ਲਓ। ਜੇ 6 ਬੈਂਡ ਈਚ ਨਹੀਂ ਹੈਗੇ ਤਾਂ ਨਾ ਮੌਂਟਰੀਅਲ ਦੇ ਚੱਕਰ 'ਚ ਫਸੋ, ਕੁਝ ਨਹੀਂ ਲੱਭਣਾ ਉੱਥੋਂ। ਮੇਰਾ ਆਪਦਾ ਨਿੱਜੀ ਤਜਰਬਾ ਵਾ ਕਿ ਮੌਂਟਰੀਅਲ 'ਚ 5% ਤੋਂ ਵੱਧ ਵੀਜ਼ਾ ਨਹੀਂ ਆਉਂਦਾ, 95% ਵੀਜ਼ੇ ਰਿਫਿਊਜ਼ ਹੁੰਦੇ ਮੌਂਟਰੀਅਲ ਦੇ। ਅੱਜ ਸਟੂਡੈਂਟ ਵਰਕ ਪਰਮਿਟ ਦੀ ਭਾਲ ਦੇ ਵਿੱਚ ਆਪਦਾ ਪੈਸਾ ਔਰ ਸਮਾਂ ਖਰਾਬ ਕਰਦਾ ਪਿਆ। ਜਦੋਂ ਤੁਸੀਂ ਕੈਨੇਡਾ ਪਹੁੰਚ ਜਾਂਦੇ ਹੋ ਇੱਕ ਵਾਰੀ ਕਿਸੇ ਵੀ ਕਾਲਜ 'ਚ ਕਿਸੇ ਵੀ ਕੋਰਸ ਦੇ ਵਿੱਚ, ਬੜਾ ਸੌਖਾ ਹੁੰਦਾ ਉੱਥੇ ਜਾ ਕੇ ਚੇਂਜ ਕਰਾਉਣਾ। ਇਸ ਕਰਕੇ ਸਭ ਤੋਂ ਪਹਿਲਾਂ ਤਵੱਜੋ ਦਿਓ ਵੀਜ਼ੇ ਨੂੰ, ਤੁਹਾਡਾ ਵੀਜ਼ਾ ਕਿਸ ਕੋਰਸ 'ਚ ਲੱਗ ਸਕਦਾ ਉਸ ਕੋਰਸ 'ਚ ਵੀਜ਼ਾ ਲਵਾਓ, ਉਸ ਕਾਲਜ 'ਚ ਵੀਜ਼ਾ ਲਵਾਓ। ਨਾ ਫਸੋ ਮੌਂਟਰੀਅਲ ਦੇ ਚੱਕਰ 'ਚ। ਅਸੀਂ ਸਾਰੇ ਪੈਸੇ ਬਾਅਦ 'ਚੋਂ ਲੈਂਦੇ ਰਹਾਂਗੇ, ਅਸੀਂ ਤੁਹਾਡਾ ਪੈਸਾ ਖਰਾਬ ਨਹੀਂ ਕਰਨਾ ਚਾਹੁੰਦੇ। ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ, ਤੁਸੀਂ ਕੱਲ੍ਹ ਸੋਮਵਾਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਮੈਨੂੰ ਮਿਲੋ, ਆ ਕੇ ਮੈਂ ਤੁਹਾਨੂੰ ਹੱਲ ਦੱਸੂੰਗਾ। ਚਾਹੇ ਤੁਸੀਂ ਮੇਰੇ ਕੋਲ ਅਪਲਾਈ ਨਾ ਵੀ ਕਰਿਓ, ਮੈਂ ਤੁਹਾਨੂੰ ਸਲੂਸ਼ਨ ਦਊਂਗਾ। ਅੱਜ ਸਮੱਸਿਆ ਵੱਡੀ ਹੋਈ ਹੈ, ਅਸੀਂ ਸਮੱਸਿਆ ਦਾ ਤੁਹਾਨੂੰ ਹੱਲ ਦੱਸਾਂਗੇ, ਕਿੱਦਾਂ ਤੁਸੀਂ ਕਾਮਯਾਬ ਹੋ ਸਕਦੇ ਹੋ।
ਕੱਲ੍ਹ ਮਿਲਦੇ ਹਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਜਲੰਧਰ ਆਵਾਂਗੇ। ਧੰਨਵਾਦ।